ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੋਨਾਲੀਕਾ 750 ਟਰੈਕਟਰ। ਇਹ ਟਰੈਕਟਰ ਹੈਗਾ ਦੋਸਤੋ ਬਕਾਊ। ਦੋਸਤੋ ਪਹਿਲਾਂ ਦੋਸਤੋ ਜੋ ਵੀ ਸਾਡੇ ਚੈਨਲ ਦੇ ਉੱਤੇ ਨਵੇਂ ਆ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬੋ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਸਕੇ। ਹਾਂਜੀ ਦੋਸਤੋ ਗੱਲ ਕਰ ਲੱਗਿਆਂ ਟਰੈਕਟਰ ਹੀ ਟਰੈਕਟਰ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜ੍ਹਾ ਹੈਗਾ, ਦੇਖ ਸਕਦੇ ਹੋ ਤੁਸੀਂ। ਟਰੈਕਟਰ ਜਿਹੜੀ ਸੋਹ ਦਾ ਰੰਗ ਪੇਂਟ ਪੂਰਾ ਓਰਿਜਨਲ ਆ। ਟਰੈਕਟਰ ਦੇ ਜੋ ਫਰੰਟ ਟਾਇਰ ਨੇ ਬਿਲਕੁਲ ਨਵੇਂ ਪਾਏ ਹੋਏ ਨੇ, ਜੋ ਬੈਕ ਟਾਇਰ ਨੇ ਉਹ 80 ਪੈਸੇ ਪਏ ਨੇ। ਬਾਕੀ ਇੰਜਣ ਕਿੰਨੇ ਉਹ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਜੀ। ਇੰਜਣ ਗੇਅਰ ਦਾ ਬਿਲਕੁਲ ਓਕੇ ਆ ਟਰੈਕਟਰ। ਜੇ ਕਿਸੇ ਵੀਰ ਨੇ ਦੋਸਤੋ ਇਹ ਟਰੈਕਟਰ ਲੈਣਾ ਹੋਵੇ ਤਾਂ ਇਹ ਟਰੈਕਟਰ ਬਰਨਾਲਾ ਮੰਡੀ 'ਤੇ ਖੜ੍ਹਾ ਹੈਗਾ, ਇੱਥੇ ਆ ਕੇ ਇਹਨਾਂ ਵੀਰਾਂ ਨਾਲ ਗੱਲ ਕਰਕੇ ਟਰੈਕਟਰ ਲਿਜਾ ਸਕਦਾ। ਬਾਕੀ ਡਮਗਰਾ ਟਰੈਕਟਰ ਦੇ ਅੰਦਰੋਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ਼ ਪਏ ਨੇ। ਪਿੱਛੇ ਤੋਂ ਦਿਖਾ ਦਿੰਦੇ ਹਾਂ ਤੁਹਾਨੂੰ ਟਰੈਕਟਰ। ਇਹ ਟਰੈਕਟਰ ਦੋਸਤੋ ਡੰਡਾ ਟਰੈਵਲ ਸਮੇਤ ਆ ਜੀ, ਅਤੇ ਹਿੱਸੇ ਕੰਨੋ ਪੂਰਾ ਸਾਫ਼ ਪਿਆ ਟਰੈਕਟਰ ਦੇਖ ਸਕਦੇ ਹੋ ਤੁਸੀਂ। ਜੇ ਕਿਸੇ ਵੀਰ ਨੇ ਲੈਣਾ ਤਾਂ ਦੋਸਤੋ ਅਸੀਂ ਇਹਨਾਂ ਵੀਰਾਂ ਜਿਹੜਾ ਨੰਬਰ ਆ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਦੇਵਾਂਗੇ, ਉੱਥੋਂ ਤੁਸੀਂ ਗੱਲ ਕਰਕੇ ਟਰੈਕਟਰ ਲਿਜਾ ਸਕਦੇ ਹੋ। ਦੂਜੀ ਸਾਈਡ ਮਗਰਾੜ ਦੇ ਸਕਦੇ ਹੋ ਤੁਸੀਂ, ਬਿਲਕੁਲ ਸਾਫ਼ ਪਏ ਨੇ, ਕਿਸੇ ਪਾਸੇ ਕੋਈ ਜ਼ਰ ਨਹੀਂ ਲੱਗੀ ਹੋਈ ਮਗਰਾੜ ਦੇ। ਬਾਕੀ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਸਾਫ਼ ਆ, ਜਿਹੜਾ ਰੰਗ ਪੇਂਟ ਆ ਟਰੈਕਟਰ ਦਾ ਸਾਰਾ ਓਰਿਜਨਲ ਆ, ਦੇਖ ਸਕਦੇ ਹੋ ਤੁਸੀਂ। ਨਾਲ ਹੀ ਦੋਸਤੋ ਜੇ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਦੋਸਤੋ 2013, ਅਤੇ ਜਿਹੜੀ ਡਿਮਾਂਡ ਆ ਇਹਨਾਂ ਵੀਰਾਂ ਨੇ ਟਰੈਕਟਰ ਦੀ ਡਿਮਾਂਡ ਰੱਖੀ ਜੀ 4,25,000 ਰੁਪਇਆ, ਬਾਕੀ ਮੌਕੇ 'ਤੇ ਘੱਟ ਵੱਧ ਹੋ ਜੂਗਾ। ਨਾਲ ਹੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।